लो जी, वेलकम जी ਤੁਹਾਡਾ ਖੂਹ ਵਾਲੇ ਚੈਨਲ ਤੇ। ਤੇ ਆਪਣੀ 4 ਦਿਨ ਵੀਡੀਓ ਨਹੀਂ ਆਈ, ਉਹਦਾ ਕਾਰਨ ਸੀ ਕਿਸੇ ਦਾ ਇੰਜਣ ਕੀਤਾ ਅਸੀਂ ਤਾਜ਼ਾ ਤਾਜ਼ਾ, ਤਾਂ ਕਰਕੇ ਸਾਨੂੰ 4 ਦਿਨ ਸਾਡੇ ਕੋਲ ਵੀਡੀਓ ਨਹੀਂ ਪਾਈ ਗਈ। ਤੇ ਇੰਜਣ ਤੁਸੀਂ ਸਮਝ ਲਿਆ ਹੋਣਾ, ਇੰਜਣ ਕਿਹੜਾ ਇੰਜਣ ਮੈਂ ਕਹਿ ਦਿੰਦਿਆਂ ਤੁਹਾਨੂੰ, ਉਹ ਮੈਂ ਦੱਸੂੰਗਾ ਕਿਸੇ ਦਿਨ ਮੋਟਰ 'ਤੇ ਜਾ ਕੇ ਸਾਰਾ ਕੀ ਕਹਾਣੀ ਸਾਡੇ ਨਾਲ ਵਾਪਰੀ। ਅਤੇ ਬਾਕੀ ਇਹਦੀ ਤੁਹਾਨੂੰ ਛੱਤ ਪਾ ਕੇ ਦਿਖਾਉਣ ਲੱਗੇ ਹਾਂ ਅਸੀਂ। ਅਤੇ ਮੈਂ ਹੁਣ ਕੈਮਰਾ ਸਾਈਡ 'ਤੇ ਰੱਖ ਦੇਣਾ, ਆਪਾਂ ਜ਼ਿਆਦਾ ਮੈਂ ਬੋਲਣਾ ਨਹੀਂ ਅੱਜ, ਮੈਂ ਛੇਤੀ ਹਨੇਰਾ ਹੋਣ ਵਾਲਾ ਆ, ਛੇਤੀ ਤੋਂ ਛੇਤੀ ਆਪਾਂ ਛੱਤ ਪਾ ਕੇ ਫਿਰ ਘੁੰਮਾਉਣੀ ਵੀ ਆ। ਅਤੇ ਸ਼ਾਮਾਂ ਦੇ ਮੇਰੇ ਕਹਿੰਦਾ 5:30 ਦਾ ਟਾਈਮ ਹੋ ਗਿਆ, ਅਤੇ ਆਪਾਂ ਸ਼ੁਰੂ ਕਰੀਏ ਹੁਣ ਛੱਤ ਪਾਉਣੀ। ਆ ਜਾਓ, ਆਹ ਪਿਆ ਆ ਆਪਣਾ ਸ਼ੀਸ਼ਾ, ਇਹਨੂੰ ਧੋਤਾ ਆ ਅਸੀਂ, ਬਿਲਕੁਲ ਸਾਫ਼ ਕੀਤਾ, ਗੰਦਾ ਬੋ ਹੀ। ਇਹਦੇ ਹੁਣ ਇੱਕ ਨਟ ਲੱਗਣਾ ਇੱਧਰ, ਇੱਕ ਨਟ ਲੱਗਣਾ ਦੂਸਰੇ ਬੰਨੇ, ਅਸੀਂ ਇਹਨੂੰ ਕੱਸੀਏ ਨਾਲ ਨਾਲ, ਤੁਸੀਂ ਦੇਖੀ ਚੱਲਿਓ। ਮੈਂ ਇੱਥੇ ਰੱਖ ਦਿੰਦਾ ਹਾਂ ਕੈਮਰਾ, ਤੁਹਾਨੂੰ ਸਾਰੀ ਅੱਜ ਹੁੱਡ ਪਾ ਕੇ ਦਿਖਾਵਾਂਗੇ ਕਿੱਦਾਂ ਦੀ ਲੱਗਦੀ ਆ। ਲਓ ਯਾਰ ਵੇਖੋ, ਹਜੇ ਅਸੀਂ ਮਾੜਾ ਜਿਹਾ ਰੱਖਿਆ ਹੀ ਆ ਉੱਤੇ, ਆਹ ਲੁਕਾਉਂਦੀ ਆ। ਆਹ ਹੁਣ ਨਟ ਕੱਸਣ ਲੱਗੇ ਹਾਂ, ਪਹਿਲਾਂ ਸੈਟਿੰਗ ਕਰ ਉਹਦੀ, ਬਿਠਾ ਕੇ ਨਾ ਘੁਮਾ ਦੇ ਦਵਾ ਦਵਾ। ਆਹ ਨਟ ਹੁੰਦੇ ਆ ਇਹ ਨਟ ਜਿਹੜੇ ਨਾ, ਇਹ ਹੁਣ ਮੈਂ ਤੁਹਾਨੂੰ ਕੀ ਕਹਾਂ, ਹੁਣ ਇਹ ਦੇਸੀ ਨਟ ਆ, ਇਹ ਜਿਹੜੇ ਆਉਂਦੇ ਆ ਨਾ, ਜਿਹੜੇ ਨਟ ਅਸਲੀ ਹੁੰਦੇ ਉਹ ਵੀ ਤੁਹਾਨੂੰ ਮੈਂ ਦਿਖਾ ਹੀ ਦਿੰਦਾ। ਆਹ ਹੁੰਦੇ ਆ ਨਟ ਅਸਲੀ, ਆਹ ਜਿਹੜੇ ਇਹ ਆਪਣੇ ਮੋਗੇ ਵਾਲੇ ਬਾਈਆਂ ਨੇ ਦੇਸੀ ਠੋਕ ਦਿੱਤੇ। ਚਲੋ ਆਪਣੇ ਭਰਾ ਆ, ਉਹ ਵੀ ਕੀ ਕਹੀਏ, ਹੁਣ ਮਾੜਾ ਮੋਟਾ ਚੱਲਦਾ ਆ। ਆਹ ਹੁੰਦੇ ਅਸਲੀ, ਇਹਨਾਂ ਦੇ ਉੱਤੇ ਸ਼ੀਸ਼ਾ ਟਿਕ ਜਾਂਦਾ, ਆਹ ਜਿਹੜਾ ਉੱਭਰਿਆ ਜਾ, ਬਾਕੀ ਆਹ ਚੂੜੀ ਕੱਸੀ ਜਾਂਦੀ ਆ। ਅਤੇ ਆਪਾਂ ਆ ਜਾਵਾਂ ਬਿਲਕੁਲ ਦੇਸੀ ਨਟ ਜਿਹੜੇ ਹੁੰਦੇ ਆ ਘਰਾਂ ਵਿੱਚ, ਆਮ ਦੁਕਾਨਾਂ ਤੋਂ ਮਿਲ ਜਾਂਦੇ, ਉਹ ਨਟ ਲੱਗੇ ਆ। ਇਹ ਮੈਨੂੰ 2 ਦਿਨ ਹੋ ਗਏ ਲੱਭਦੇ ਹਨ, ਮੈਨੂੰ ਲੱਭਣ ਨਹੀਂ ਦਏ, ਫਿਰ ਮੈਂ ਆਹ ਲਿਆਇਆ ਅਤੇ ਇਹ ਉੱਦਾਂ ਹੀ ਨਹੀਂ ਆਏ ਉੱਤੇ। ਇਹਦਾ ਜਗਾੜ ਹੀ ਨਹੀਂ ਨਾ ਲਾਇਆ ਇਹਦਾ, ਇਹਦਾ ਆਹ ਦੇਖੋ, ਇਹਦੇ ਇਹ ਸਹਿਜ ਹੀ ਨਹੀਂ ਇਹਦਾ ਪੂਰਾ, ਇਹਦੇ ਇੱਥੇ ਚੜ੍ਹਦਾ ਹੀ ਨਹੀਂ ਆ। ਜਿਹੜਾ ਅੰਦਰਲੇ ਬਣੇ ਨਟ ਵਾ ਉਹ ਵੀ ਦੇਸੀ ਆ, ਉਹ ਵੀ ਨਹੀਂ ਚੜ੍ਹਨ ਦਿਆ। ਇਹਦੇ ਨਾਲ ਪਾਣੀ ਪੂਣੀ ਨਹੀਂ ਅੰਦਰ ਆਉਂਦਾ, ਇੱਥੋਂ ਸੀਲ ਹੋ ਜਾਣਾ, ਹੁਣ ਇਹਨੇ ਘੁੱਟਿਆ ਜਾਣਾ ਜਦੋਂ ਆਹ ਲੋਕ ਹੁੰਦੇ। ਇਹ ਆਪਾਂ ਇਹ 'ਚ ਫਸਾ ਕੇ ਨਾ ਐਂ ਕਰ ਦੇਣਾ ਐਂ, ਅਤੇ ਆਹ ਨਟ ਰਹਿ ਗਿਆ ਬਸ ਇੱਕ ਕੱਸਣ ਵਾਲਾ। ਉਸ ਤੋਂ ਬਾਅਦ ਆਪਾਂ ਤੁਹਾਨੂੰ ਹੁੱਡ ਵੀ ਦਿਖਾਉਂਦੇ ਹਾਂ, ਹੁੱਡ ਦੇ ਪੈਪ ਵੀ ਆਪਣੇ ਪਏ ਆ ਹੋਏ ਆ। ਆਹ ਹੁੱਡ ਦਾ ਫਰੇਮ ਪਿਆ ਪਿਛਲਾ, ਆਹ ਬਾਕੀ ਪੈਪ ਆ ਰੱਖੇ ਆ, ਇਹ ਸਾਰਾ ਪਹਿਲਾਂ ਤੁਹਾਨੂੰ ਸ਼ਿਕੰਜਾ ਪਾ ਕੇ ਦਿਖਾਵਾਂਗੇ, ਉਸ ਤੋਂ ਬਾਅਦ ਉਹਦੇ ਉੱਤੋਂ ਦੀ ਹੁੱਡ ਪੈਣੀ ਆ। ਪਹਿਲਾਂ ਪੈਣਾ ਸ਼ਿਕੰਜਾ, ਆਹ ਰੱਖਤਾ ਆਪਾਂ ਸਾਰਾ ਜਗਾੜ, ਇਹ ਜਾਣੀ ਆ ਮਿੱਤਰਾ। ਹਾਂ ਧਿਆਨ ਨਾਲ, ਆਹ ਵੇਖੋ ਆ ਗਿਆ ਵਿੱਚ, ਆ ਗਿਆ ਇਹ ਆਉਣਾ ਜਾਣ ਦੇ ਪਿੱਛੇ ਨੂੰ, ਇੱਥੇ ਆਉਣੀ ਸੈਟਿੰਗ ਪੂਰੀ ਸਿੱਧੀ ਨਾ, ਇੱਥੇ ਆਉਣੀ ਸੈਟਿੰਗ ਹੈ। ਇਹਨੂੰ ਹੋਰ ਖੋਲ ਦੇ, ਖੋਲ ਇਹਨੂੰ, ਹਾਂ ਇਹਨੂੰ ਆਉਂਦੇ ਪਿੱਛੇ ਨੂੰ, ਇਹਨੂੰ ਬਸ ਜ਼ਿਆਦਾ ਨਾ ਖੋਲੀ ਬਸ। ਉਹ ਹੋ ਗਈ ਫਿੱਟ, ਆਪਣੀ ਮੇਨ ਚੀਜ਼ ਫਿੱਟ ਹੋ ਗਈ ਆ। ਅਤੇ ਹੁਣ ਆਪਾਂ ਜਿਹੜੀਆਂ ਆਹ ਆ ਪੈਪਾਂ, ਇਹ ਲੱਗਣੀਆਂ ਆਪਣੀਆਂ ਇੱਦਾਂ, ਇੱਥੇ ਆ ਜਾਣੀਆਂ ਇਹ, ਇੱਧਰੋਂ ਇਹ ਬੰਨੀ ਜਾਣੀ, ਇੱਧਰੋਂ ਆਹ ਵਿਚਕਾਰੋਂ ਸੈਂਟਰ 'ਚ ਇੱਥੇ ਆ ਜਾਣਾ ਪੇਜ, ਇੱਕ ਇੱਧਰੋਂ। ਹਾਂ ਠੀਕ ਠੀਕ ਜਿਹਾ ਰੱਖੀ, ਜ਼ਿਆਦਾ ਨਾ ਕੱਸੀ, ਹਜੇ ਐਂਡ 'ਚ ਸੈਟਿੰਗ ਕਰਾਂਗੇ ਨਾ ਸਾਰੇ, ਐਂਡ 'ਚ ਕਰਨੀ ਸੈਟਿੰਗ। ਬਾਕੀ ਆਹ ਆ ਜਾਣਾ ਇੱਥੇ ਆਪਣਾ ਇੱਦਾਂ, ਉਸ ਤੋਂ ਬਾਅਦ ਉੱਤੋਂ ਹੁੱਡ ਪੈਣੀ ਆ ਉੱਤੇ। ਹੁਣ ਮੈਂ ਵੀ ਨਾਲ ਲੱਗ ਜਾਵਾਂ, ਫਿਰ ਛੇਤੀ ਕੰਮ ਹੋ ਜੂਗਾ, ਹਨੇਰਾ ਹੋਈ ਜਾਂਦਾ ਆ, ਤੁਹਾਨੂੰ ਦਿਸਣੀ ਨਹੀਂ। ਫਿਰ ਕੈਮਰਾ ਦਵਾਂ ਰੱਖ ਕਿਤੇ, ਦੇਖੋ ਜੀ ਨਟ ਸਾਰੇ ਮੈਂ ਤਾਂ ਕੱਸਤਾ ਇੱਧਰਲੇ ਬੰਨੇ ਵਾਲੇ, ਇੱਕ ਨਟ ਰਹਿ ਗਿਆ ਬਸ ਇੱਧਰਲਾ, ਆਹ ਸਭ ਨਟ ਨੁਟ ਸ਼ਟ ਟਾਈਟ ਕਰਦੇ ਆ। ਅਤੇ ਹੁਣ ਇਹਦੇ ਉੱਤੇ ਆਪਾਂ ਤੁਹਾਨੂੰ ਹੁੱਡ ਪਾ ਕੇ ਦਿਖਾਵਾਂਗੇ, ਅਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਆ। ਅਜੇ ਆਪਾਂ ਨੂੰ ਲੱਗ ਜਾਣੇ 15-20 ਮਿੰਟ ਹੋਰ ਪਾਉਂਦੇ ਪਾਉਂਦੇ ਇਹਨੂੰ, ਬਸ ਉੱਤੋਂ ਸਿੱਟ ਕੇ ਕੱਪੜਾ ਲੰਘਾਉਣਾ ਹੀ ਆ ਇਹਨੂੰ, ਐਂ ਕੰਮ ਪੂਰਾ ਓਕੇ ਹੀ ਆ। ਹੁਣ ਤਾਂ ਬਸ ਜਲਦੀ ਦੇਖਿਓ ਤੁਸੀਂ ਅਗਲਿਆਂ ਵਲੋਗਾਂ ਦੇ ਵਿੱਚ ਕਿੱਦਾਂ ਦੀ ਲੱਗਦੀ ਆ। ਇੱਥੇ ਲਿਖਾਵਾਂਗੇ ਵੱਡਾ ਵੱਡਾ ਉਹ ਉੱਥੇ ਖੂਹ ਵਾਲੇ, ਫਿਰ ਦੱਸਿਓ ਸਾਨੂੰ। ਬਾਕੀ ਇੱਕ ਆਪਣੇ ਕੋਲ ਵੀ ਪਿਆ ਆ ਵੱਡਾ ਮੋਟਾ ਜਿਹੜਾ ਪੈਪ ਹੁੰਦਾ ਨਾ, ਉਹ ਇੱਥੇ ਲੱਗਦਾ ਇਹਦੇ ਉੱਤੇ, ਇੱਥੋਂ ਐਡਾ ਮੋਟਾ ਹੁੰਦਾ, ਉਹ ਇੱਦਾਂ ਫੁੱਲਮਾਂ 'ਚ ਹੁੰਦਾ ਲੱਗਾ ਇਕੱਲਾ, ਉਹ ਲਾ ਕੇ ਘੁੰਮਾਉਂਦੇ ਹੁੰਦੇ।
ਉਹ ਵੀ ਪਿਆ ਆਪਣੇ ਕੋਲ ਪਰ ਆਪਾਂ ਲਾਈਦਾ ਨਹੀਂ ਆ। ਇੱਦਾਂ ਹੀ ਇੱਕ ਨੰਬਰ ਲੱਗਦੀ ਆ, ਵਧੀਆ ਲੱਗਦੀ ਆ, ਸੋਹਣੀ ਲੱਗਦੀ ਆ। ਹੁਣ ਇੱਥੇ ਛੱਤ ਪਲ ਕੇ ਪਾਉਣ, ਅਸੀਂ ਛੱਤ ਚੱਕ ਲਈਏ, ਧੋਤੀ ਸੀ ਉੱਤੇ ਲਿਆ ਕੇ ਸਿੱਟਣੀ ਆ ਬਸ ਹੁਣ, ਅਤੇ ਫਿਰ ਨਾਲ ਹੀ ਅਸੀਂ ਨਿਕਲ ਜਾਣਾ ਬਾਹਰ ਨੂੰ, ਤੁਹਾਨੂੰ ਦਿਖਾਵਾਂਗੇ। ਜੇ ਅੱਜ ਦੀ ਵੀਡੀਓ 'ਚ ਨਾ ਦਿਖਾਇਆ ਹੋਇਆ ਫਿਰ ਅਗਲੇ ਵਲੋਗਾਂ ਦੇ ਵਿੱਚ ਜ਼ਰੂਰ ਆਊਗੀ। ਬਸ ਮੈਂ ਲਿਆਉਂਦਾ ਅੰਦਰੋਂ ਚੱਕ ਕੇ ਦਿਖਾਉਣਾ ਤੁਹਾਨੂੰ। ਦੇਖੋ ਜੀ ਲੁੱਕ ਪਾਤੀ ਆਪਾਂ ਛੱਤ, ਹਨੇਰਾ ਆ ਹਜੇ ਥੋੜ੍ਹਾ ਜਿਹਾ, ਸ਼ਾਮਾਂ ਪੈ ਗਈਆਂ, ਦਿਨੇ ਦੇਖਿਓ ਤੁਸੀਂ ਬੰਬ ਰੋਲਾ ਲੱਗਦੀ ਬੰਬ ਰੋਲਾ। ਅਜੇ ਕੋਈ ਇਹਦੀ ਲੈਣਮੈਂਟ ਨਹੀਂ ਸੀ ਪੂਰੀ ਛੱਤ ਦੀ ਕੀਤੀ, ਥੋੜ੍ਹੀ ਜਿਹੀ ਨਾ ਸੈਟਿੰਗ ਹੋਰ ਕਰਾਂਗੇ ਪੂਰੀ, ਫੇਰ ਵਧੀਆ ਲੱਗੂਗੀ। ਆਹ ਜਿਹੜਾ ਆਹ ਚੀਜ਼ ਆ ਨਾ ਦੇਖੋ, ਇਹਦੀ ਬੋਡੀ ਸਿੱਧੀ ਆ, ਇਹ ਅੱਗੇ ਨੂੰ ਜਾਣ ਦੇ ਇੱਦਾਂ, ਇਹਨੇ ਹਜੇ ਹਜੇ ਪਿੱਛੇ ਨੂੰ ਆਉਣਾ, ਹੋਰ ਫਿਰ ਇੱਕ ਨੰਬਰ ਲੱਗੂਗੀ। ਆਹ ਤਾਂ ਅਸੀਂ ਹਜੇ ਉੱਦੀ ਕੰਮ ਚਲਾਊ ਤੁਹਾਨੂੰ ਦਿਖਾਉਣ ਲਈ ਪਾਈ, ਆ ਕੀ ਅਸੀਂ ਕੱਲ੍ਹ ਹੋਰ ਸੈੱਟ ਕਰ ਲਵਾਂਗੇ ਇਹਨੂੰ ਆਪਣੇ ਆਪ ਹੀ ਸੈਟਿੰਗ, ਮਾੜੇ ਜਿਹੇ ਨਟ ਨੁਟ ਢਿੱਲੇ ਕਰਨੇ ਪੈਣੇ ਆ, ਹੋ ਜਾਣੀ ਆ। ਬਾਕੀ ਤੁਸੀਂ ਹੁਣ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗੀ, ਜੋ ਕਮੀ ਪੇਸ਼ੀ ਬਾਕੀ ਨਿਕਲੀ ਉਹ ਵੀ ਕਰਾਂਗੇ ਪੂਰੀ। ਵੇਖੋ ਜੀ, ਓਕੇ, ਖੂਹ ਵਾਲੇ ਆਪਣਾ ਚੈਨਲ ਆ, ਜਿਨ੍ਹਾਂ ਨੇ ਨਹੀਂ ਕੀਤਾ ਕਰ ਲਿਓ, ਦੇਖਦੇ ਜ਼ਿਆਦਾ ਜਾਣੇ ਆ, ਸਬਸਕ੍ਰਾਈਬ ਘੱਟ ਜਾਣੇ ਕਰਦੇ, ਵੀਡੀਓ ਤੁਸੀਂ ਦੇਖ ਲੈਂਦੇ ਆ ਯਾਰ, ਬਣਾਉਣ 'ਤੇ ਮਿਹਨਤ ਵੀ ਆਉਂਦੀ ਆ, ਕਰ ਲਿਆ ਕਰੋ। ਬਾਕੀ ਜਿਹੜੇ ਉੱਦਾਂ ਨਵੇਂ ਆਏ ਆ ਉਹ ਵੀ ਕਰ ਲਿਓ, ਇੱਦਾਂ ਦੀਆਂ ਜੀਪਾਂ ਵਾਲੀਆਂ ਫੈਮਿਲੀ ਵਾਲੀਆਂ ਵੀਡੀਓ ਹੁਣ ਪਾਈ ਦੀਆਂ, ਅਸੀਂ ਘਰੇਲੂ ਵੀ ਪਾਇਆ ਕਰਾਂਗੇ ਨਾਲ ਨਾਲ, ਅਤੇ ਦੱਸਿਓ ਜ਼ਰੂਰ ਕਮੈਂਟ ਕਰਕੇ। ਹੁਣ ਮੈਂ ਬਸ ਕੱਟ ਕੇ ਨਟ ਤੋਂ ਬਾਹਰ ਕੱਢਣ ਲੱਗਾ, ਫਿਰ ਦਿਖਾਉਣਾ ਤੁਹਾਨੂੰ ਮੈਂ, ਅੰਦਰੋਂ ਵੀ ਦੇਖ ਹੀ ਲਓ ਤੁਸੀਂ, ਅੰਦਰੋਂ ਦੇਖੋ ਜੀ। ਆਹ ਮੈਂ ਉੱਦਣ ਸਟੇਅਰਿੰਗ 'ਤੇ ਕਵਰ ਪਵਾ ਕੇ ਲਿਆ ਸੀਗਾ, ਹੁਣ ਹਨੇਰਾ ਹੋ ਗਿਆ, ਅੰਦਰੋਂ ਦਿਸਣਾ ਨਹੀਂ, ਇਹ ਵਾਟਰ ਪਰੂਫ ਆ ਛੱਤ, ਅੰਦਰੋਂ ਵੀ ਵਧੀਆ ਹੋ ਗਿਆ ਸਿਸਟਮ। ਬਾਕੀ ਹੁਣ ਤੁਹਾਨੂੰ ਮਿਲਦੇ ਹਾਂ ਡਰਾਈਵ 'ਤੇ। ਵੀ ਉੱਧਰੋਂ ਅਸੀਂ ਜੀਪ ਚਲਾਉਂਦੇ ਪਰ ਹਨੇਰਾ ਹੋ ਗਿਆ ਆ, ਅਤੇ ਮੈਂ ਕੱਲ੍ਹ ਨੂੰ ਸ਼ੂਟ ਕਰਕੇ ਜਾਂ ਨੈਕਸਟ ਵੀਡੀਓ 'ਚ ਤੁਹਾਨੂੰ ਦਿਖਾਊਂਗਾ, ਅਤੇ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਵੇਖੋ ਛੱਤ ਪਾ ਕੇ ਅਸੀਂ ਮੇਨ ਹਾਈਵੇ 'ਤੇ ਜਾਣ ਰਹੇ ਹਾਂ, ਅਤੇ ਮੈਂ ਹੁਣ ਜਾਂ ਅਗਲੀ ਵੀਡੀਓ 'ਚ ਦਿਖਾਊਂਗਾ, ਨਹੀਂ ਤਾਂ ਕੱਲ੍ਹ ਟਾਈਮ ਲੱਗਾ ਤਾਂ ਕੱਲ੍ਹ ਨੂੰ ਅਗਲੇ ਵਲੋਗ 'ਚ ਆਊਗੀ। ਠੀਕ ਆ ਜੀ, ਧੰਨਵਾਦ ਜੀ ਤੁਹਾਡਾ, ਸਾਡੀ ਵੀਡੀਓ ਪੂਰੀ ਦੇਖਣ ਲਈ। ਪੂਰੀ ਬਣਾ ਦਿਓ ਬਾਈ ਮੜੀਆ।